ਅਕਾਲ ਜੀ ਬਾਈ ਸਾਰਿਆਂ ਨੂੰ। ਕਰਨ ਕਾ ਬੜਾ ਸਦੀ ਹੋ ਗਿਆ, ਮੇਰਾ ਹੈ ਨੀ ਕਿਉਂਕਿ ਮੈਨੂੰ ਘੁੜਨਾ ਨੀ ਹੈ ਵਿੱਚ, ਜੋ ਘੁੜਾ ਗਾ। ਬਾਕੀ ਟਰੈਕਟਰ ਰਹਿੰਦੀ ਤਿਆਰ, ਅੱਜ ਚੱਲੇ ਕਣਕ ਵਢਵਾਉਣ ਫਾਈਨਲੀ ਫਾਈਨਲੀ 6 ਮਹੀਨੇ ਬਾਅਦ ਕੋਈ ਮਜਬੂਰੀ ਮਜਬੂਰੀ ਵਾ ਮਜਬੂਰੀ ਵੀ ਸੁਣਾਵਾ ਜਾਂਦੇ ਜਾਂਦੇ। ਲਓ ਬਾਈ ਜੀ ਜਾਮ ਲੱਗਿਆ, ਜਾਮ ਆਪਾਂ ਮੇਨ ਰੋਡ ਵਾ ਬਾਈ ਜੀ, ਉਹ ਕਣਕ ਹੀ ਨਾ ਥੋੜ੍ਹੀ ਨਾ ਮਜਬੂਰੀ ਬਣ ਗਈ ਵਢਵਾਉਣੇ ਕੀ, ਅੱਜ ਵੀ ਵਢਵਾਉਣੀ ਨਹੀਂ ਸੀ, 3-4 ਦਿਨ ਹੋਰ ਲਗਵਾਉਂਦੇ। ਬਾਕੀ ਜਾਮ ਲੱਗਿਆ, ਟਰੈਲੀ ਗਲਤ ਕਢਾਈ ਵੀ, ਤੋ ਟਰੈਲੀ ਕਰਾਂ ਫਿਰ ਲਗਾ, ਪਿੱਛੇ ਤਾਂ ਜਾਮ ਲੱਗਿਆ। ਦੂਰ ਤਾਂ ਗੱਡੀ ਟਰੈਕਟਰ ਖੜੇ ਪਿੱਛਾ 3-4, ਚਲੋ ਦੇਖਾਂਗੇ। ਲਓ ਬਾਈ ਜੀ ਉਹ ਆਪਣੇ ਪਿੰਡ ਕਾ ਨਾਲੇ ਕਾ ਪਾਣੀ ਲਾ ਲਓ, ਪਿੰਡ ਕਾ ਪਾਣੀ ਆ ਵਾ ਉਹਨਾਂ ਹਰੀ, ਉਹ ਓਵਰ ਹੋ ਗਿਆ ਦੇਖ ਸਕਾ ਥਾ, ਮੰਮੀ ਤੋਂ ਪੜਿਆ ਨਹੀਂ ਹੈ, ਉਹ ਪਹਿਲੀ ਓਵਰ ਹੋ ਗਿਆ। ਨੇੜੇ ਵਾਲਿਆਂ ਨੇ ਤੋਂ ਵਢਵਾ ਦੀ ਜਾਣਗੇ ਜਮੀ ਨੇੜਾ, ਅਤੇ ਇਸ 'ਤੇ ਅਗਲੇ ਕਰਨ ਹਰ ਕੇ ਖੇਤ ਆ, ਫਿਰ ਉਸਕਾ ਕੋਈ ਫਾਇਦਾ ਨਹੀਂ ਲੱਗਣੇਗਾ, ਜੇ ਮੈਂ ਪਾਣੀ ਫਿਰ ਗਿਆ ਕਣਕ ਵਾ ਥਗਲ ਦੁਕੰਮਣ ਹੋ ਜਾਗਾ। ਕਣਕ ਨਰਮ ਜ਼ਰੂਰ ਆ ਪਹਿਲੀ ਪਤਾ ਮੈਨੂੰ, ਪਰ ਮਜਬੂਰੀ ਮੈਂ ਵਢਵਾਉਣੀ ਪੜ ਰਹੀ ਆ, ਪੱਖੀ ਪੁੱਖੀ ਆਵਾਗੀ ਕਿਆ ਕਹਿ ਸਕਾਂ ਵੀ, ਕਿਆ ਕਰਾਂ ਵੀ, ਮਜਬੂਰੀ ਆ। ਜੋ ਓਵਰ ਹੋ ਗਿਆ ਇਸਕਾ ਕੋਈ ਮਾਰੇ ਗੋਮਾ ਜੋ ਇੱਕ ਹੈ ਸਮੱਸਿਆ ਵੀ, ਇਸਕਾ ਕੋਈ ਪ੍ਰਬੰਧ ਨਹੀਂ ਹੈ। ਬਾਕੀ ਕਪੈਨ ਬਾਰੇ ਮੈਂ ਗਿਰਕੀ ਉਹ ਤਾਂ ਨਿਕਲ ਗਈ, ਉਹ ਤਾਂ ਮਾੜਾ ਮੋਟਾ ਜੋ ਬਾਈ ਓਵਰ ਹੋ ਗਿਆ ਜਮੀ, ਜੋ ਕੋਈ ਪੱਕਾ ਪ੍ਰਬੰਧ ਨਹੀਂ ਹੈ, ਇਸ ਕਰਕੇ ਚੱਕਰ ਪੜ ਰਿਹਾ ਵੀ ਜੇ ਉਹ ਅੱਗੇ ਨੂੰ ਫਿਰ ਗਿਆ ਫਿਰ ਕੰਮ ਖਰਾਬ ਹੋ ਜਾਵੇਗਾ। ਬਾਰਿਸ਼ ਅੱਜ ਕੀ ਹੈ ਤੀ, ਥੋੜ੍ਹੀ ਥੋੜ੍ਹੀ ਬਾਰਿਸ਼ ਬਣੀ, ਹਰ ਸਿਖਰ ਤੋਂ ਪੈ ਰਹੇ ਹਾਂ ਵਢਵਾਉਣ ਚਲੇ, ਪੂਰਾ 1:30 ਵੱਜ ਗਿਆ, ਪਹਿਲਾਂ ਜਾਮ ਲੱਗਿਆ ਰਿਹਾ, 1:30 ਵੱਜ ਗਿਆ, 1:30 ਹੋ ਰਹੇ ਆ, ਦਿਖਾ ਟਾਈਮ ਦਿਖਾ ਯਾਰ, 1:30 ਕਰਨ ਹਰ ਗਿਆ, ਮੈਂ ਖੇਤ ਵੀ ਡੂੰਘੇ ਆ, ਰਾਣੀ ਸੁੰਦਰ ਆ ਚਾਲੀ। ਜੈ ਕਰ ਲਈ ਬਾਈ ਜੀ, ਮੱਥਾ ਟੇਕ ਲਿਆ, ਆਪਾਂ ਟਰੈਕਟਰ ਲੈ ਗਏ ਗੇ, ਚਲੋ ਚਲੀ ਚਲੀ। ਬਾਈ ਡੂੰਘੇ ਡੂੰਘੇ ਨੇ ਸਾਰੇ ਵੱਢ ਕੇ ਖੇਤ, ਵੈਸੇ ਨਹੀਂ ਕਰਨ ਕਰਨ ਅਰਕੀ ਰਹਿ ਗਈ, ਉਹ ਜੋ ਹੀ ਰੀਜਨ ਆ ਉਹ ਓਵਰ ਹੋ ਗਿਆ, ਇਸ ਕਰਕੇ ਸਾਰੇ ਵਢਵਾ ਵੀ ਦੀਏ ਕੱਲ੍ਹ, ਕਸੇਰ ਓਵਰ ਹੋ ਗਿਆ ਕਸੇਰ, ਬਾਕੀ ਮਸ਼ੀਨ ਚੱਲ ਗਈ, ਪਾਣੀ ਪੀ ਰਿਹਾ ਡਰਾਈਵਰ ਵੀ, ਟੇਕਿਆ ਮੱਥਾ। ਮਾਰ ਲਈ ਮੜਾਸਾ, ਚਲੋ ਜੀ ਚਲੀ ਜੀ ਰਾਣੀ ਸੁੰਦਰ। ਟੀਵ ਚੱਕਦੇ ਹਾਂ ਵੈਸੇ, ਘੰਟਾ 2 ਲਾਣੇ ਵੈਸੇ ਹੀ ਮਾਰਾਂ ਡਾਗਾ,
ਚਲੋ ਨਾ ਲੱਗੇ ਬੱਲਾਂ ਵੱਢਣ, ਆਪਣੇ ਟਰੈਕਟਰ ਬੈਠਾ ਗਰਾਮ ਦੇ ਪਤਾਸੇ ਖਾਵਾਂਗੇ। ਗਾਣਾ ਭਾਈ ਹੁਣ ਥੋੜ੍ਹਾ ਥੋੜ੍ਹਾ ਹਰਾ ਬਣ ਰਿਹਾ ਕਿਉਂਕਿ ਇਹ ਵੀ ਕਾਸਰ ਦੀ ਫਿਰ ਥੋੜ੍ਹੀ ਥੋੜ੍ਹੀ ਨਰਮਾਈ ਹੈ। ਬਾਕੀ ਨੇ ਬੰਦੇ ਆਪਣੇ ਬੱਲਾਂ ਵੱਢ ਰਹੇ, ਉਹ ਦੂਸਰੇ ਖੇਤ ਬਦੇ ਵੱਢਣ ਗਿਆ, ਪਹਿਲਾਂ ਇਹਨੂੰ ਤੋਂ ਵੱਢਵਾ ਲਈ। ਮੈਂ ਤਾਂ ਚਲੇ ਗਈ ਆ ਕਿ ਪਰੇ ਨੂੰ ਜਾਵਾਂਗੇ ਕਰਦਾ ਵਾ, ਜੇ ਉਹ ਕੱਲਰ ਆ ਰਿਹਾ ਦੇਖ ਕੱਲਰ ਕੀ ਪਛਾਣ। ਗਿਆ ਪਹਿਲਾ ਭੌਂਕੂ ਭੌਂਕੂ ਮੋਕੂ ਬੰਬੂ ਤੰਬੂ ਕਿਆ ਕਹਿ ਸਕਾਂ ਵੀ। ਉਹਦੇ ਉੱਪਰ ਨੂੰ ਕਢਵਾ ਰਹੇ ਆ, ਪੈਕ ਲਿਆਵਾ ਗਈ ਉੱਪਰ ਨਿਕਲ ਗਈ ਬਾਈ, ਉੱਪਰ ਨਿਕਲ ਗਈ, ਉੱਪਰ ਨੂੰ ਭਰ ਗਿਆ ਨਾ ਭੌਂਕੂ ਕਿੱਲੇ। ਪੱਲੀ ਲਾਉਣ ਲੱਗ ਰਹੇ ਕਿਉਂਕਿ ਬਾਈ ਤਾਕੀ ਵਾ ਥੋੜ੍ਹੀ ਲੀਕੇ ਜਾ, ਬਾਕੀ ਪਹਿਲਾਂ ਭੌਂਕੂ ਅਤੇ ਬਾਅਦ ਦੇਖਾਂ ਥੋੜ੍ਹੀ ਨਰਮਾਈ ਹੈ ਦਾਣਿਆਂ ਵਾ। ਮੈਨੇ ਉੱਪਰ ਚੜ੍ਹ ਕੇ ਚੜਿਆ ਦਾ ਹੀ ਵਾ ਦੇਖਿਆ ਦਾ ਲਾ ਚੱਲ ਗਿਆ ਭੌਂਕੂ। ਹਰੀ ਰਾਮ ਹਰੀ ਕ੍ਰਿਸ਼ਨ। ਉਹ ਬਾਈ ਕਪਟਾ ਵੀ ਖਰਾਬ ਹੋਇਆ ਵਾ, ਪੱਖੀ ਪੁੱਖੀ ਨਹੀਂ ਆ ਬਾਈ, ਬਹੁਤੀ ਨਰਮ ਆ। ਨਵਦੀ ਵੀ ਲੈ ਡਰਾਈਵਰ ਆਪਣੇ ਕਾਲੇ ਦਿਖ ਰਹੇ, ਚਿੱਟਾ ਦੇਖੋ ਇਹਨੂੰ ਕਰਗਾ ਅਜੋ ਕਾਲੇ ਆ, ਆਪ ਸਵਾਲ ਲੜ ਰਹੇ ਯੂਟਿਊਬ ਪਾਣੀ ਵਾਸਤਾ ਹੋ ਗਿਆ ਬਾਈ ਖਾਲੀ ਲੱਗਿਆ ਕਾਟਰ ਚਲੀ ਦੁਆਰ। ਓ ਹੋ ਟੈਂਕ ਭਰ ਗਿਆ, ਮੈਂ ਤਾਂ ਛੋਟ ਲੈਣ ਲੱਗ ਰਿਹਾ ਤਾਂ ਵਧੀਆ ਵਾਲਾ। ਲਓ ਬਾਈ ਜੀ ਚੱਲ ਰਹੀ ਕੰਬਾਈਨ, ਏਕ ਦੋ ਏਕ ਗੈਰ ਹੋਰ ਗਰਮ ਹੋਇਆ ਨਾ, ਅੱਜ ਨਹੀਂ ਹੋਇਆ ਹੈ ਮੌਸਮ ਠੰਡਾ। ਹੈਂ ਉਹਨੂੰ ਗਰਮ ਗਰਮ ਹੋਇਆ ਵਾ ਉਹ ਸਮਾਂ, ਸਿਆਸੀ ਕੰਬਾਈਨ
ਜੀਤ 997 ਦੇਖੋ ਪਰਾਂ ਵੀ ਚੱਲ ਰਹੀ ਚੱਲ ਰਹੀ ਜੂਮ ਨਹੀਂ ਹੋ ਰਿਹਾ ਬਾਈ ਹੋ ਗਿਆ ਹੋ ਗਿਆ ਡਿੱਗੀ ਡਿੱਗੀ ਇਹ ਕੀ ਹੋ ਚੱਲ ਰਹੀ ਨਜ਼ਰ ਲੱਗ ਜਾਏ ਜੀ ਚੀਜ਼ਾਂ ਐਸੀ ਬਾਤੇ ਬਤਾਈ ਨਹੀਂ ਜਾਂਦੀ ਬਈ 2 ਕਿੱਲੇ ਵੱਢ ਚੱਲੇ ਅੰਦਾਜ਼ਾ ਤਾਂ ਮੈਂ ਆਪੋ ਲਾ ਸਕਾਂ ਚਾਰ ਠੀਕ ਆ ਲਗਾ ਮੇਰੇ ਹਿਸਾਬ 'ਤੇ ਬਾਕੀ ਕੰਡਾ ਬਤਾਵਾ ਕੁਛ ਨਹੀਂ ਕਹਿ ਸਕਦੇ ਨਹੀਂ ਆਪਾਂ ਡਿਜੀਟਲ ਕੰਡਾ ਨਹੀਂ ਯਾਰ ਉਹ ਤਰਾਜੂ ਵਾਲਾ ਤੈਨੂੰ ਮਿਲਣਾ ਵਾ ਉਸ ਪਵਿੱਤਰ ਤੁਰਲੀ ਕਰਾ ਤੋਂ ਬਸ ਚਿੱਟਾ ਕਾ ਨਹੀਂ ਹੈ ਪਤਾ ਹੋਣਾ ਚਾਹੀਦਾ ਚਲੋ ਹਮ ਵੀ ਜਿੱਦਣ ਮੰਡੀ ਹੋ ਜਾਵਾਂਗੇ ਉਸਕਾ ਕੈਜੂਅਲ ਤਰੀਕਾ ਬਤਾਵਾਂਗੇ ਵੀ ਉਸਕਾ ਤਰੀਕਾ ਕਿ ਬੜਾ ਕੈਜੂਅਲ ਹੈ ਬਾਕੀ 2 ਕਿੱਲਿਆਂ ਦਾ ਮਤੇ ਟੈਂਕ ਪਾਉਣ ਰਿਹਾ ਹੈ ਚੱਲ ਗਿਆ ਭੋਂਕੂ 1-2-1 ਚੱਲ ਗਿਆ ਡੀਅਰ ਹੈ ਮੁੱਠੀ ਚੱਕ ਗਾ ਠੀਕ ਆ ਬਾਈ ਥੋੜ੍ਹੀ ਨਰਮ ਜ਼ਰੂਰ ਆ ਪਰ ਠੀਕ ਆ ਚੱਲ ਜਾ ਕੰਮ ਪਹਿਲੇ ਟੈਂਕ ਦੇ ਫਰਕ ਆ ਪਹਿਲੇ ਟੈਂਕ ਵਾ ਬਹੁਤ ਨਰਮ ਦੀ ਕੁਛ ਹਵਾ ਲੱਗੀ ਕਿਉਂ ਸਵੇਰ ਮੀਂਹ ਭੜਿਆ ਵਾ ਥੋੜ੍ਹਾ ਸਾ ਬੂੰਦਾਬਾਂਦੀ ਹੋਈ ਵੀ ਬਾਕੀ ਠੀਕ ਆ ਬਾਕੀ ਨੇ ਚੈੱਕ ਕਰ ਰਹੇ ਬੰਦੇ ਉੱਧਰ ਕਪੈਨ ਵਾਲਾ ਇੱਧਰ ਡਰਾਈਵਰ ਇੱਧਰ ਮਸ਼ੀਨ ਇੱਧਰ ਭੋਂਕ ਚੱਲ ਰਿਹਾ ਇੱਧਰ ਮੈਂ ਹੋਲੈਂਡ ਕੀ ਛਤਰੀ ਵਾ ਬੈਠਿਆ ਬਾਈ ਜੀ ਜਿੱਤਰੋਂ ਮੈਂ ਕਹਿ ਰਿਹਾ ਤਾ ਵੀ ਥੋੜ੍ਹੀ ਨਰਮਾਈ ਕਰਕੇ ਬੜਵਾ ਰਹੇ ਹਾਂ ਵੀ ਉਹ ਨਰਮਾਈ ਕਰਕੇ ਨਹੀਂ ਜਿਹੜਾ ਟੋਬਾ ਆ ਕਸੀਰ ਕਹਾ ਉਸਨੂੰ ਮਾਰੇ ਉਰਾ ਉਹ ਓਵਰ ਹੋ ਗਈ ਤੋ ਇਸ ਕਰਕੇ ਨੇ ਡੂੰਘੇ ਖੇਦ ਆ ਬਹੁਤ ਜ਼ਿਆਦਾ ਡੂੰਘੇ ਇਸ ਕਰਕੇ ਆਲਾ ਦੁਆਲਾ ਤੋਂ ਸਭ ਵੱਡੀ ਵੀ ਆ ਆਲਾ ਦੁਆਲਾ ਤੋਂ ਰਿਪਰ ਚੱਲਦਾ ਤਾਂ ਅੱਜ ਮੀਂਹ ਪੜ ਗਿਆ ਪਰ ਆਪਣੇ ਏਰੀਏ ਮਾ ਬਾਕੀ ਉਹ ਬੀਜ ਆ 222 ਨਕਾਲ ਠੀਕ ਆ ਬਾਈ ਜੀ ਥੋੜ੍ਹਾ ਨਾ ਨਰਮਾਈ ਜ਼ਰੂਰ ਆ ਤਨ ਆਪ ਨੂੰ ਕਿਹਾ ਹੀ ਆ ਵੀ ਥੋੜ੍ਹਾ ਇਸੀ ਦਾ ਕਸੇਰ ਕਰਕੇ ਚੱਕਰ ਪੜ ਗਿਆ ਬਾਕੀ ਜੇ ਸ਼ੁਰੂ ਕੇ ਟੈਂਕ ਆ ਈਵ ਟੈਂਕ ਨਹੀਂ ਕਢਾਗਾ ਉਸ ਮੈਂ ਦੇਖਾਂਗੀ ਤੇ ਨਹੀਂ ਨਰਮ ਗਰਮ ਆ ਹੈ ਹਾਂ ਬਈ ਉਹ ਖੇਤ ਸਾਰਾ ਵੱਢਣੇ ਵਾਲਾ ਕਿੱਲਾ ਪਰ ਟੈਂਕ ਨਹੀਂ ਮਦੇ ਹੋਇਆ ਕਿਉਂ ਕਲਰ ਸਾਰਾ ਖੇਤ ਆਏ ਉਹ ਵੀ ਮੈਂ ਕਲਰ ਕੀ ਟਾਕੀ ਆ ਜੇ ਕਲਰ ਕੀ ਕਾਲੀ ਕਾਲੀ ਸੀ ਪਛਾਣ ਪੜ ਜਾ ਕਣਕ ਮੈਂ ਬਾਕੀ ਈਵ ਤੋਂ ਲਗਾ ਮੈਨੂੰ ਵੀ ਆ ਜਾਗਾ ਹਾਂ ਬਈ ਕਿਤੇ ਦੇਰ ਹੋ ਗਈ ਔਖਾ ਕਾ ਚਾਤਰੀ ਬੈਠਿਆ ਆ ਰਿਹਾ ਕੰਪਨੀ ਹਾਂ ਜੀ ਪਰ ਜਾਏਗੀ ਆਰਾਮ ਤੇ ਸਵਾ 3 ਕਿੱਲੇ ਹਾਂ ਪਰ ਜਾਏਗੀ ਆਰਾਮ ਮਹੀ ਨਹੀਂ ਜਾ ਗਈ ਪਰਾਂ ਬਸ ਫਿਰ ਬਚ ਜਾਣਾ ਹੈ 2 ਗੇੜੇ ਰਹਿ ਗਏ ਹੈ ਗਿਆ ਹੈ ਗਿਆ ਕਰਨ ਦੇਰੀ ਬਾਤ ਸੁਣ ਲਈ ਉਹਨੇ ਭਰ ਗਿਆ ਹੈ ਗਿਆ ਹੈ ਗਿਆ ਭਰ ਗਿਆ ਟੈਂਕ ਭਰ ਗਿਆ ਟੈਂਕ ਭਰ ਗਿਆ ਜੋ ਸੈੱਟ ਕਰ ਲਈਏ ਰੁਕ ਜਾ ਪੜਨ ਦੇ ਚੱਲ ਗਿਆ
ਨਰਮਾਈ ਜ਼ਰੂਰ ਆ, ਹਰੇ ਦਾਣੇ ਵੀ ਦਿਖ ਰਹੇ ਦੇਖੋ, ਪਰ ਚਲੋ ਕਿਆ ਕਰਾਂ, ਮਜਬੂਰੀ ਹੈ। 5 ਕਿੱਲੇ ਵਢਵਾਉਣੇ ਨੇ, 5 ਕਿੱਲੇ ਬਹੁਤ ਡੂੰਘੇ ਵਾ। ਉਹਨੇ ਨੀ ਦੇਖਿਆ ਤਾ ਲਾਣ ਤਾਂ ਠੀਕ ਆ ਡਰਾਈਵਰ ਠੀਕ ਆ ਬਈ। ਹਰਸ 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 ਆਇਆ ਦੇਖੋ ਪੂਰੀ ਕੋਸਟਿਊਮ, ਹਾਂ ਅੱਧੀ ਬਾਹਾਂ ਗਈ ਬਾਬਾ, ਨਾ ਮੂੰਹ ਢਕਿਆ ਬਾਬਨ ਨੇ, ਨਾ ਮੇਰਾ ਮੂੰਹ ਢਕਿਆ ਵਾ ਦੇਖ ਸਕਾਂ। ਹਰ ਹਰਸ ਪੂਰਾ ਪੈਕ ਸਿਰ ਵੀ ਇੱਥੇ ਹੀ ਉਹ ਮਿਸਤਰੀ ਵਜਾਣਾ ਆਈ ਜਦੀ ਤੋਂ ਕਹਿ ਰਿਹਾ, ਚੱਲ ਜਾ ਘਾਈ ਵਾ ਕਿੰਨੀ ਦੇਰ ਮਜਾ ਘਰ ਭਾਈ। ਅੱਜ ਲਾਣ ਉੱਡ ਵੀ ਨਹੀਂ ਰਿਹਾ ਕਿਉਂਕਿ ਰਾਤ ਕੀ ਨਾ ਮੀਂਹ ਪੜਿਆ ਵਾ, ਨਰਮਾਈ ਸੀ, ਬੈਠ ਰਿਹਾ ਫਿਰ ਵੀ ਉਤਨ ਆਉਣੀ ਉਹ ਚੱਲ ਰਹੀ ਰਾਣੀ ਸੁੰਦਰ। ਚਲੋ ਬਾਕੀ ਆਪਾਂ ਚਲੇ ਘਰ, ਜੇ ਟਾਈਮ ਲੱਗਿਆ ਫਿਰ ਆਵਾਂਗੇ, ਐ ਨਹੀਂ ਆਪਾਂ ਚਲੇ ਘਰ ਕਿਉਂਕਿ ਆਪਾਂ ਨੂੰ ਸਮਾਪਤੀ ਕਰਨੀ ਪੈਣੀ, ਕੰਮ ਕਰਾਂ ਕੋਈ। ਹੈਂ ਬਲਦ ਦੜੈਰਿਆ ਦੱਸ ਦਿਓ ਵੀ ਤਾਂ ਉਸਨੂੰ, ਜੋ ਦੜੈਰਿਆ ਦਾ ਬਾਈ ਆਰ ਓ ਸੀ ਕੇ ਉੱਪਰ ਨੂੰ ਗਿਆ ਫਿਰ। ਹਾਂ ਪਤਾ ਨਹੀਂ ਕਿਆ ਕਰ ਰਹੇ ਨੇ, ਉਸ ਕਪੈਨ ਕਾ ਨਿਬੜ ਗਿਆ ਬਾਈ ਕੰਮ, ਉਹ ਚਲੀ ਆਪਣੇ ਅੱਡੇ ਵਾ ਦੁਬਾਰਾ ਨਿਬੜ ਗਿਆ ਕੰਮ, ਠੀਕ ਆ ਚੱਲ ਰਿਹਾ ਯਾਰ, ਰਾਤ ਤਾਂ ਹੀ ਚਲਾ ਗਿਆ।